ਇਹ ਤੁਹਾਡੇ ਸਾਹਮਣੇ ਤਸਵੀਰਾਂ 'ਚ ਖੜ੍ਹੇ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਬਾਕੀਆਂ ਵਾਂਗ ਸਾਰਾ ਸਾਲ ਆਪਣੇ ਪੇਪਰਾਂ ਦੀਆਂ ਤਿਆਰੀਆਂ ਕੀਤੀਆਂ, ਪੜ੍ਹਾਈ ਕੀਤੀ, ਮਿਹਨਤ ਕੀਤੀ, ਪਰ ਜਦੋਂ ਹੁਣ ਵਾਰੀ ਆਈ ਪੇਪਰ ਦੇਣ ਦੀ ਤਾਂ ਪਹਿਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਹਨਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ 'ਚ ਹੀ ਦਾਖਲ ਨਾ ਹੋਣ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੂੰ ਬਿਨਾਂ ਪੇਪਰ ਦਿੱਤੇ ਹੀ ਵਾਪਸ ਪਰਤਣਾ ਪਿਆ। ਜੀ ਹਾਂ, ਜਦੋਂ ਇਹ ਵਿਦਿਆਰਥੀ ਆਪਣਾ ਪੇਪਰ ਦੇਣ ਸਕੂਲ ਪੁੱਜੇ ਤਾਂ ਇੱਥੇ ਦੇ ਸਥਾਨਕ ਸੁਪਰੀਡੈਂਟ ਨੇ ਇਹ ਕਹਿ ਕੇ ਇਹਨਾਂ ਦੇ ਹੋਸ਼ ਉਡਾ ਦਿੱਤੇ ਕਿ ਉਹਨਾਂ ਕੋਲ ਬੋਰਡ ਵੱਲੋਂ ਪ੍ਰਾਪਤ ਹੋਈ ਲਿਸਟ 'ਚ ਸਿਰਫ ਇੱਕ ਵਿਦਿਆਰਥੀ ਦਾ ਹੀ ਨਾਂ ਦਰਜ ਹੈ। ਭਰੇ ਮਨ ਨਾਲ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਨੂੰ ਬੋਰਡ ਦੀ ਗਲਤੀ ਕਾਰਨ ਬਿਨਾਂ ਕਸੂਰ ਸਜ਼ਾ ਦਿੱਤੀ ਜਾ ਰਹੀ ਹੈ। 12ਵੀਂ ਦਾ ਪੇਪਰ ਦੇਣ ਆਏ ਸੀਗੇ ਫਿਜ਼ੀਕਲ ਦਾ, ਅਤੇ ਪੇਪਰ ਨਹੀਂ ਹੋਇਆ ਸਾਡਾ। ਸਵੇਰੇ ਸਾਜਰੇ ਦੇ ਆਏ ਹੋਏ ਹਾਂ ਬਹੁਤ, ਸਾਨੂੰ ਕਹਿੰਦੇ ਵੀ ਆਹ ਰੋਲ ਨੰਬਰ ਸਾਡੇ ਆਏ ਹੋਏ ਆ, ਰੋਲ ਨੰਬਰਾਂ 'ਤੇ ਫਿਜ਼ੀਕਲ ਦਾ ਲਿਖਿਆ ਹੋਇਆ, ਕਹਿੰਦੇ ਹੋਣਾ ਨਹੀਂ। ਅਸੀਂ ਸਾਜਰੇ ਦੇ ਆਏ ਹੋਏ ਦੂਰੋਂ ਬਹੁਤ ਆਏ, ਉਹ ਕਹਿੰਦੇ ਵੀ ਤੁਹਾਡਾ ਗਾਹਾਂ ਤੋਂ ਨਹੀਂ ਆਇਆ ਉੱਥੋਂ ਬੋਰਡ ਕੰਨੀ। ਹਾਂਜੀ, ਮੰਗ ਅਸੀਂ ਐਂ ਕਰਦੇ ਹਾਂ ਵੀ ਜਾਂ ਤਾਂ ਸਾਨੂੰ ਹੁਣ ਪਾਸ ਕਰੋ ਜਾਂ ਸਾਡਾ ਪੇਪਰ ਦੁਬਾਰਾ ਲਓ। ਸਾਡੀ ਸਾਰੀ ਤਿਆਰੀ ਕੀਤੀ ਕਰਾਈ ਖੂਹ 'ਚ ਗਈ। ਅਤੇ ਅਸੀਂ ਸਕੂਲ ਵਿੱਚ ਪੇਪਰ ਦੇਣ ਆਏ ਸੀ 10ਵੀਂ ਦਾ, ਅਤੇ ਸਾਡਾ ਪੇਪਰ ਨਹੀਂ ਲਿੱਤਾ ਗਿਆ ਜੀ, ਕਿਉਂਕਿ ਉਹ ਕਹਿੰਦੇ ਵੀ ਬੋਰਡ ਵੱਲੋਂ ਆਏ ਨਹੀਂ ਹੈਗੇ ਰੋਲ ਨੰਬਰ ਉੱਧਰੋਂ, ਵੀ ਇੱਧਰ ਸਾਡਾ ਪੇਪਰ 'ਤੇ ਹੈ ਨਾ ਲਿਖਿਆ ਹੋਇਆ ਵਾ ਜੀ। ਹਾਂਜੀ, ਵੀ ਸਾਡਾ ਜਾਂ ਪੇਪਰ ਲਿੱਤਾ ਜਾਵੇ ਜਾਂ ਸਾਨੂੰ ਵੀ ਜੇ ਪਾਸ ਕੀਤਾ ਜਾਵੇ। ਜਦੋਂ ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਨਾਹਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਸੰਬੰਧੀ ਬੋਰਡ ਹੀ ਦੱਸ ਸਕਦਾ ਹੈ ਕਿ ਅਜਿਹਾ ਕਿਉਂ ਹੋਇਆ। ਬੋਰਡ ਦੀਆਂ ਹਦਾਇਤਾਂ ਮੁਤਾਬਕ ਇਹਨਾਂ ਬੱਚਿਆਂ ਦਾ ਸਿਗਨੇਚਰ ਚਾਰਟ ਅਤੇ ਕੌਨਫੀਡੈਂਸ਼ਲ ਜਿਹੜੀ ਲਿਸਟ ਸਾਨੂੰ ਪ੍ਰੋਵਾਈਡ ਕਰਵਾਉਂਦਾ ਬੋਰਡ, ਸਟੂਡੈਂਟ ਦੇ ਮੁਤਾਬਕ ਉਹਨਾਂ ਨੇ ਉਹ ਸਾਰਾ ਚੈੱਕ ਕਰ ਲਿਆ। ਚੈੱਕ ਕਰਨ ਉਪਰੰਤ ਇੱਕ ਬੱਚੇ ਦਾ ਸਿਗਨੇਚਰ ਚਾਰਟ ਅਤੇ ਇੱਕ ਬੱਚੇ ਦਾ ਕੌਨਫੀਡੈਂਸ਼ਲ ਲਿਸਟ ਦੇ ਵਿੱਚ ਨਾਮ ਸੀ, ਉਸ ਦਾ ਪੇਪਰ ਲੈ ਲਿਆ। ਬਾਕੀ 12 ਬੱਚਿਆਂ ਦਾ ਸਬਜੈਕਟ ਮੈਂਸ਼ਨ ਨਹੀਂ ਸੀ, ਇਸ ਕਰਕੇ ਉਹਨਾਂ ਬੱਚਿਆਂ ਦਾ ਪੇਪਰ ਨਹੀਂ ਲਿਆ। ਫਿਰ ਉਹਨਾਂ ਦਾ ਕੀ ਸਾਲ ਖਰਾਬ ਹੋ, ਕੀ ਪ੍ਰੋਬਲਮ ਹੋਈ ਤਾਂ ਕੀ? ਨਹੀਂ ਸਰ, ਹੁਣ ਮੈਂ ਪੇਰੈਂਟਸ ਨੂੰ ਇਹ ਦੱਸ ਦਿੱਤਾ ਵੀ ਤੁਸੀਂ ਬੋਰਡ ਨਾਲ ਅੱਜ ਹੀ ਸਿੱਧੇ ਤੌਰ 'ਤੇ ਜਾ ਕੇ ਸੰਪਰਕ ਕਰੋ। ਅਸੀਂ ਦਫ਼ਤਰ ਨੂੰ ਵੀ, ਜ਼ਿਲ੍ਹਾ ਸਿੱਖਿਆ ਅਫਸਰ ਦੇ ਅਤੇ ਬੋਰਡ ਨੂੰ ਵੀ ਮੇਲ ਕਰ ਦਿੱਤੀ ਇਹਨਾਂ ਵਿੱਚ। ਉੱਥੇ ਇਸ ਮੌਕੇ ਹਾਜ਼ਰ ਮਾਪਿਆਂ ਨੇ ਵੀ ਮੰਗ ਕੀਤੀ ਕਿ ਉਹਨਾਂ ਦੇ ਬੱਚਿਆਂ ਵੱਲੋਂ ਬਕਾਇਦਾ ਫੀਸ ਭਰ ਕੇ ਆਪਣੇ ਰੋਲ ਨੰਬਰ ਪ੍ਰਾਪਤ ਕੀਤੇ ਗਏ ਨੇ, ਪਰ ਪ੍ਰੀਖਿਆ ਹਾਲ 'ਚ ਪ੍ਰਾਪਤ ਹੋਈ ਲਿਸਟ 'ਚ ਨਾਂ ਦਰਜ ਨਾ ਹੋਣ ਦੀ ਸਜ਼ਾ ਉਹਨਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ? ਉਹਨਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਖਰਾਬ ਕਰਨ ਲਈ ਜ਼ਿੰਮੇਵਾਰ ਬੋਰਡ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪਹਿਲ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤਾਂ ਤੁਸੀਂ ਮਿਲ ਸਕਦੇ ਹੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪਿਰਾਮਿਡ ਈ ਸਰਵਿਸਿਜ਼ ਦੇ ਨਾਲ।